ਗੁਰਪ੍ਰੀਤ ਸਿੰਘ ਦਾ ਮਰਡਰ ਜਿਹੜਾ ਹੈਗਾ ਫੋਰਨ ਬੇਸਡ ਅਰਸ਼ਦੀਪ ਡੱਲਾ ਅਤੇ ਉਸਦੇ ਐਸੋਸੀਏਟਸ ਕੁਛ ਹੋਰ ਲੋਕਾਂ ਨੇ ਮਾਸਟਰ ਮਾਈਂਡ ਕੀਤਾ ਹੈਗਾ। ਸਾਡੇ ਕੋਲ ਜਿਹੜੇ ਇਨਵੈਸਟੀਗੇਸ਼ਨ ਦੇ ਵਿੱਚ ਕੁਛ ਸਟੇਟਮੈਂਟਸ ਆਏ ਹੈਗੇ ਜਿਸ ਦੇ ਵਿੱਚ ਇਹ ਇੰਡੀਕੇਸ਼ਨ ਹੁੰਦੀ ਹੈ ਕਿ ਇਹ ਮਰਡਰ ਅੰਮ੍ਰਿਤਪਾਲ ਸਿੰਘ ਦੇ ਬੇਹਸਤ ਕੀਤਾ ਗਿਆ। ਸੋ ਇਸ ਦੇ ਵਿੱਚ ਤਿੰਨ ਲੋਕਾਂ ਦੀ ਅਰੈਸਟ ਹੋਈ ਹੈ। ਪੰਜਾਬ ਪੁਲਿਸ ਨੇ ਮਰਹੂਮ ਅਦਾਕਾਰ ਦੀਪ ਸਿੱਧੂ ਦੇ ਸਾਥੀ ਰਹੇ ਗੁਰਪ੍ਰੀਤ ਸਿੰਘ ਹਰੀਨੌ ਕਤਲ ਕੇਸ ਦੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਡੀਜੀਪੀ ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਕਤਲ ਦੇ ਤਾਰ ਵਿਦੇਸ਼ ਨਾਲ ਜੁੜੇ ਹੋਏ ਹਨ। ਡੀਜੀਪੀ ਨੇ ਦਾਅਵਾ ਕੀਤਾ ਕਿ ਇਸ ਮਾਮਲੇ ਦੇ ਵਿੱਚ MP ਅੰਮ੍ਰਿਤਪਾਲ ਸਿੰਘ ਦੀ ਭੂਮਿਕਾ ਹੋਣ ਦੇ ਸਬੂਤ ਮਿਲੇ ਨੇ, ਹਾਲਾਂਕਿ ਜਾਂਚ ਚੱਲ ਰਹੀ ਹੈ। ਪੁਲਿਸ ਮੁਤਾਬਕ ਕਤਲਕਾਂਡ ਦਾ ਮਾਸਟਰ ਮਾਈਂਡ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਹੈ। ਦਰਅਸਲ 9 ਅਕਤੂਬਰ 2024 ਨੂੰ ਗੁਰਪ੍ਰੀਤ ਸਿੰਘ ਦਾ ਫਰੀਦਕੋਟ ਦੇ ਪਿੰਡ ਹਰੀਨੌ 'ਚ 4 ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਆਈ ਗੱਲ ਸਾਹਮਣੇ ਆਈ ਹੈ ਕਿ ਇਹ ਗੁਰਪ੍ਰੀਤ ਸਿੰਘ ਦਾ ਮਰਡਰ ਜਿਹੜਾ ਹੈਗਾ ਫੋਰਨ ਬੇਸਡ ਅਰਸ਼ਦੀਪ ਡੱਲਾ ਅਤੇ ਉਸਦੇ ਐਸੋਸੀਏਟਸ ਕੁਛ ਹੋਰ ਲੋਕਾਂ ਨੇ ਮਾਸਟਰ ਮਾਈਂਡ ਕੀਤਾ ਹੈਗਾ। ਸੋ ਇਹ ਬੜੇ ਹੀ ਟਿਪੀਕਲ ਸਟਾਈਲ ਦੇ ਵਿੱਚ ਜਿਵੇਂ ਮਲਟੀ ਲੇਅਰਡ ਕੋਂਸਪਿਰੇਸੀਜ਼ ਹੁੰਦੀ ਹੈ ਕਿ ਡਿਫਰੈਂਟ ਮੋਡਿਊਲਸ ਨੂੰ ਡਿਫਰੈਂਟ ਟਾਸਕ ਦਿੱਤੇ ਗਏ ਸਨ। ਸੋ ਰੈਕੀ ਕਰਨ ਲਈ ਅਲੱਗ ਮੋਡਿਊਲ ਸੀਗਾ, ਸ਼ੂਟਿੰਗ ਲਈ ਅਲੱਗ ਮੋਡਿਊਲ ਸੀਗਾ, ਇਹਨਾਂ ਦੇ ਹੈਂਡਲਰਸ ਵੱਖਰੇ ਸੀਗੇ। ਸੋ ਅਸੀਂ ਇਸ ਨੈਟਵਰਕ ਨੂੰ, ਸਾਰੇ ਨੈਟਵਰਕ ਨੂੰ ਜਿਹੜਾ ਹੈਗਾ ਅਨਵੇਲ ਕੀਤਾ ਹੈ। ਇਨਵੈਸਟੀਗੇਸ਼ਨ ਦੇ ਦੌਰਾਨ ਐਵੀਡੈਂਸ ਇੰਡੀਕੇਟਿੰਗ ਜਿਹੜਾ ਵਾਰਿਸ ਪੰਜਾਬ ਦੇ ਦਾ ਅੰਮ੍ਰਿਤਪਾਲ ਸਿੰਘ ਦਾ ਰੋਲ ਕੋਂਸਪਿਰੇਸੀ ਦੇ ਵਿੱਚ ਸਾਹਮਣੇ ਆਇਆ ਹੈਗਾ। ਸੋ ਸਾਡੇ ਕੋਲ ਜਿਹੜੇ ਇਨਵੈਸਟੀਗੇਸ਼ਨ ਦੇ ਵਿੱਚ ਕੁਛ ਸਟੇਟਮੈਂਟਸ ਆਏ ਹੈਗੇ ਜਿਸ ਦੇ ਵਿੱਚ ਇਹ ਇੰਡੀਕੇਸ਼ਨ ਹੁੰਦੀ ਹੈ ਕਿ ਇਹ ਮਰਡਰ ਅੰਮ੍ਰਿਤਪਾਲ ਸਿੰਘ ਦੇ ਬੇਹਸਤ ਕੀਤਾ ਗਿਆ। ਸੋ ਇਸ ਕੇਸ ਦੀ ਅੱਗੇ ਇਨਵੈਸਟੀਗੇਸ਼ਨ ਅਸੀਂ ਐਵੀਡੈਂਸ ਦੇ ਬੇਸ ਤੇ ਪ੍ਰੋਫੈਸ਼ਨਲ ਤਰੀਕੇ ਨਾਲ ਕਰਾਂਗੇ। ਪੰਜਾਬ ਪੁਲਿਸ ਮੁਤਾਬਕ ਜੋ ਤਿੰਨ ਮੁਲਜ਼ਮ ਫੜੇ ਗਏ ਹਨ ਉਹ ਕੈਨੇਡਾ ਆਧਾਰਿਤ ਕਰਮਵੀਰ ਸਿੰਘ ਉਰਫ ਗੋਰਾ ਵੱਲੋਂ ਚਲਾਏ ਜਾ ਰਹੇ ਰੈਕੀ ਮੋਡਿਊਲ ਦਾ ਹਿੱਸਾ ਸਨ। ਸੋ ਇਸ ਦੇ ਵਿੱਚ ਤਿੰਨ ਲੋਕਾਂ ਦੀ ਅਰੈਸਟ ਹੋਈ ਹੈ, ਬਿਲਾਲ ਅਹਿਮਦ ਉਰਫ ਫੌਜੀ, ਗੁਰ ਅਮਰਦੀਪ ਸਿੰਘ ਔਰ ਏਲੀਆਸ ਪੋਂਟੂ, ਅਰਸ਼ਦੀਪ ਸਿੰਘ ਚੰਡੂ। ਇਹ ਰੈਕੀ ਦੇ ਇਸ ਮੋਡਿਊਲ ਨੇ ਰੈਕੀ ਕੀਤਾ ਸੀਗਾ ਅਤੇ ਇਹਨਾਂ ਦਾ ਹੈਂਡਲਰ ਕਰਮਵੀਰ ਸਿੰਘ ਏਲੀਆਸ ਗੋਰਾ ਸੀ ਜਿਹੜਾ ਕੈਨੇਡਾ ਬੇਸਡ ਹੈਗਾ। ਸੋ ਹੀ ਵਾਜ਼ ਇਨ ਟੱਚ ਵਿਦ ਅਰਸ਼ ਡੱਲਾ। ਸੋ ਜਿਹੜੇ ਸ਼ੂਟਰ ਮੋਡਿਊਲ ਜਿਹੜਾ ਹੈਗਾ ਉਹ ਆਈਡੈਂਟੀਫਾਈ ਕਰ ਲਿਆ ਗਿਆ ਹੈਗਾ। ਸੋ ਉਹਨਾਂ ਲਈ ਇੱਕ ਮੈਨ ਹੰਟ ਲਾਂਚ ਕੀਤੀ ਗਈ ਹੈ ਜਿਹੜੇ ਸ਼ੂਟਰ ਸੀਗੇ। ਸੋ ਬਹੁਤ ਛੇਤੀ ਸਾਨੂੰ ਆਸ ਹੈਗੀ ਕਿ ਅਸੀਂ ਉਹਨਾਂ ਤੱਕ ਪਹੁੰਚ ਜਾਵਾਂਗੇ। 36 ਸਾਲ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੇ ਕੁਝ ਸਾਲ ਪਹਿਲਾਂ ਅੰਮ੍ਰਿਤ ਛੱਕ ਕੇ ਪੰਥਕ ਹਲਕਿਆਂ ਦੇ ਵਿੱਚ ਆਪਣੀ ਸਰਗਰਮੀ ਵਧਾ ਦਿੱਤੀ ਸੀ। ਬਹਿਬਲ ਕਲਾਂ ਇਨਸਾਫ਼ ਮੋਰਚੇ ਦੇ ਵਿੱਚ ਵੀ ਉਹ ਮਰਹੂਮ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਦੇ ਨਾਲ ਲਗਾਤਾਰ ਮੋਰਚੇ ਵਿੱਚ ਸ਼ਾਮਿਲ ਰਿਹਾ ਸੀ।